झाड़ियां चलोगी आवे तू मेरे जिम्मे लायक होती। चंगा तू मर जा झाड़ियां मैं फरोल लेनी है जे कोई विचू निकल आया ना मैं हो जाए सबक सुनाई सा जो हटक जाया न मर से तू सबक सुनाई रखी जब तक अखी नाल बंदा देखे ना ना एवे किसी दी लापा हथे ना फड़ा दे वड्डे ना मैं को तेरी पहली बारी नहीं लापा के हथे फड़ाई है दूई दुनिया भी तो तेरी लापा के हथे फड़ा ही देंदी अगर दफा हो चगल जी ना आवे चल मेरे नाल मैं वेख लैना एक बार मैं वेख लवां मोड़ मैं बंदा ही लाभ लैना आपा चलने सीधा फलक शेर को ला के ओरा लाए हमने ओनू आने आप दे पुत्र दे काम वेख खैर चलो चाचा तुहाडी गल असीं मान लैने आ पर हे करी ओनू उठाओ तो सही जन्नत जा ओनू उठा के लिया चलो ठीक है जन्नत मैं छोरा बाहर आके गल सुने ना भूतना ते बिल्लो रल के आए खलोते नी उलाम में लेके आके तेरा पोत साडे घर वट्टे मार मार के आया ते जान के आके सुत्ता पिया मैं उना नाल गल कर लई फलाने घर दा वट्टा ही आ वेख लो जी आ वट्टे आए पाए
ਰਮਜੀ ਬਾਜ ਕੇ ਵੇਖੇ ਤੇ ਕੋਈ ਬੰਦਾ ਹੈ। ਹਾਂ ਕੋਈ ਹੈ ਅੱਬਾ, ਮੈਂ ਤਾਂ ਚਾਰ ਪਾਸੇ ਵੇਖਿਆ, ਨਾ ਉੱਥੇ ਕੋਈ ਬੰਦਾ ਹੈ ਨਾ ਬੰਦੇ ਦੀ ਜਾਨ। ਅੱਲਾ ਜਨੇ ਵੱਟੇ ਕਿਦੂ ਆਉਂਦੇ ਪੈਣ। ਇਹ ਮੈਨੂੰ ਸੋਰ ਲੱਗ ਗਈ। ਹਾਂ ਕਾਕਾ, ਤੁਹਾਡੇ ਘਰ ਤੇ ਜਿੰਨਾ ਦਾ ਸਾਇਆ ਹੈ। ਕੁਕੜੂ ਮੈਂ ਮਰ ਗਈ, ਇਹ ਜੀ ਗੱਲ ਤਾਂ ਮੇਰੇ ਜ਼ਿਹਨ ਵਿੱਚ ਕੋਈ ਨਹੀਂ ਆਈ। ਭੂਤ ਨਾ ਅੱਗੇ ਮੈਂ ਨਹੀਂ ਆ ਕਰਾਤੀ ਡਰਾਣਾ ਡਰਾਣਾ ਮੈਨੂੰ ਖਾਬ ਕਿ ਆਉਂਦੇ ਨੇ। ਹਾਂ ਚਾਚਾ, ਮੈਂ ਅਗਲੇ ਦੇ ਸੁੱਤਾ ਪਿਆ ਮੂੰ, ਮੈਨੂੰ ਐਂ ਮਹਿਸੂਸ ਹੁੰਦਾ ਜਿਵੇਂ ਮੇਰੀ ਕੋਈ ਕੰਨੀ ਘੁੱਟੀ ਜਾਂਦਾ। ਖੁਦਾ ਦਾ ਨਹੀਂ ਹੁਣ ਚਾਚਾ, ਇਹ ਹਲ ਕੱਢ ਸਾਨੂੰ ਕੱਲਿਆਂ ਨਾ ਛੱਡ ਕੇ ਜਾਵੀਂ। ਕੋਈ ਗੱਲ ਨਹੀਂ ਬੇਟਾ, ਪਰੇਸ਼ਾਨ ਨਾ ਹੋਏ, ਤਾਂ ਹਲ ਕੱਢ ਲੈਂਦੇ ਆ। ਇਹ ਅੱਬੇ ਦੇ ਹੱਥ ਵਸ ਦੀ ਗੱਲ ਕੋਈ ਨਹੀਂ, ਕੰਮ ਅੱਬੇ ਤੂੰ ਬਾਹਰ ਆਏ ਨੇ। ਇਹ ਮੇਰੀ ਸ਼ਾਨ ਦੇ ਵਿੱਚ ਜਿਹੜੇ ਤੁਸੀਂ ਗੁਸਤਾਖੀਆਂ ਕਰਦੇ ਨੇ, ਮੇਰੀ ਬੇਅਦਬੀ ਕਰਦੇ ਨੇ, ਇਹ ਇਸ ਚੀਜ਼ ਦਾ ਅਜ਼ਾਬ ਤੁਹਾਡੇ ਤੇ ਆਇਆ ਖਲੋਤਾ। ਤੂੰ ਐਡਾ ਕੋਈ ਵਲੀ ਦਾ ਲੋਟਾ ਜਿਹੜਾ ਸੀ ਤੇਰੀ ਸ਼ਾਨ ਵਿੱਚ ਗੁਸਤਾਖੀ ਕਰ ਲਈਏ। ਓ ਬਿੱਲੋਆ, ਇਹ ਐਵੇਂ ਚਗਲਾ ਮਾਰੀ ਜਾਂਦਾ, ਇਹ ਸੋਚੀ ਖਲਾ ਬਿੱਲੋ ਤੇ ਭੂਤਣਾ ਮੇਰੇ ਧੋ ਕੇ ਪੈਰ ਪੀਵਣ, ਲੇਕਿਨ ਇੰਜ ਨਹੀਂ ਹੋ ਸਕਦਾ। ਓ ਚਾਚਾ ਫਲਕ ਸ਼ੇਰ, ਤੂੰ ਵਡੇਰਾ ਬੰਦਾ, ਤੂੰ ਕੋਈ ਸੂਤਰਾ ਲਾ। ਓਏ ਅਸੀਂ ਤਾਂ ਕਿਦੂ ਮਕਾਨ ਕਿਰਾਏ ਤੇ ਨਹੀਂ ਲੈ ਸਕਦੇ। ਓ ਕਾਕਾ, ਐਡਾ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ, ਵਜ਼ੂ ਕਰ ਲਓ, ਉੱਥੇ ਮੇਰੇ ਘਰੇ ਆ ਜਾਓ, ਉੱਥੇ ਆਪਾਂ ਹਾਜ਼ਰੀ ਕਰਾ ਲੈਣਾ, ਸਾਰਾ ਪਤਾ ਲੱਗ ਜਾਸੀ। ਤੇ ਚਾਚਾ ਬੂਜ਼, ਤੇਰੇ ਘਰ ਕਰ ਲਈ ਸਾਂ ਅਸੀਂ। ਚਲ ਆ ਜਾਓ, ਮੈਨੂੰ ਵੀ ਵਜ਼ੂ ਕਰਨਾ ਪਊ। ਅੱਬਾ ਆਏ ਹੋ, ਛੂ ਰਹੀ ਜਿੰਦੀ, ਪਰ ਮੈਂ ਤੈਨੂੰ ਦੱਸਦਾ ਪਿਆ ਸਾ ਬਈਏ, ਪੁੱਟੇ ਪੁੱਟੇ ਵੜ ਲੈਂਦਾ ਤੇ ਆਪਾਂ ਨੌਕਰੀ ਤੇ ਰੱਖ ਲਈਏ। ਅੱਛਾ, ਗੋਇਆ ਵੀ ਛੱਡ ਲੈਣਾ? ਹਾਂਜੀ, ਗੋਇਆ ਵੀ ਛੱਡ ਲੈ ਸਾਂ। ਚਲੋ ਇਹ ਤਾਂ ਕੰਮ ਚੰਗਾ ਹੈ। ਤਨਖਾਹ ਤੂੰ ਇਹਦਾ ਮੁੱਕ ਲਈਏ? 12,000 ਰੁਪਇਆ ਆਖਿਆ। ਮਨਜ਼ੂਰ ਹੀ 12,000? ਹਾਂਜੀ। ਹਾਂ ਤੇ ਜਾ ਫਿਰ ਇਹਨੂੰ ਪੱਠੇ ਵਿਖਾਇਆ ਤੇ ਬਾਣਾ ਹੀ ਮੱਝਾਂ ਨੂੰ ਵਿਖਾਇਆ। ਠੀਕ ਹੈ, ਆ ਜਾ ਬੇਲੀ। ਆ ਕੰਮ ਚੰਗਾ ਹੋ ਗਿਆ ਨਾ? ਤੂੰ ਐਂ ਕੀਤਾ ਕਰ, ਸਵੇਰ ਸਵੇਰ ਧੀ ਨੂੰ ਨਾਲ ਲੈ ਲਿਆ ਕਰ ਤੇ ਗਲੀਆਂ ਦੇ ਵਿੱਚ ਲੂਰ ਲੂਰ ਕੀਤਾ ਕਰ। ਬੋਲਣ ਤੋਂ ਪਹਿਲੇ ਧੀ ਕੋਲੋਂ ਪੁੱਛ ਲੈ ਕਿ ਉਹਨੂੰ ਮੈਂ ਲੈ ਕੇ ਕਿੱਥੇ ਗਈ ਸੀ। ਕਿੱਥੇ ਗਈ ਹੋ? ਅੱਬਾ ਮੇਰੇ ਕੰਨ ਮਿੰਨਣ ਵਾਲੇ ਹਾਂ ਤੇ ਮੈਂ ਮੇਰੇ ਕੰਨ ਮਿਨਵਾ ਕੇ ਲਿਆਈ ਹੈ। ਗੱਲ ਕਰਨ ਤੋਂ ਪਹਿਲੇ ਨਾ ਬੰਦਾ ਸੋਚ ਲੈਂਦਾ, ਮੈਨੂੰ ਲੱਗਦਾ ਹੈਗਾ ਕਿ ਪਿਛਲੀ ਉਮਰ ਹੈ ਨਾ, ਤੂੰ ਮੇਰੇ ਤੇ ਬਦਨਾਮੀ ਲਵਾਉਣੀ ਹੈ। ਚਾ ਨਾ ਬੋਲ, ਮੇਰੇ ਕੰਨ ਨਾ ਪਾੜ, ਉੱਠ ਜਾ ਤੇ ਰੋਟੀ ਲੈ ਕੇ ਆ ਮੇਰੇ ਵਾਸਤੇ। ਥੋੜੀ ਦੇਰ ਪਹਿਲਾਂ ਤੇ ਤੈਨੂੰ ਮੈਂ ਰੋਟੀ ਖਵਾ ਕੇ ਗਈ ਹੀਗੀ, ਮੈਨੂੰ ਤਾਂ ਲੱਗਦਾ ਹੈਗਾ ਉਂਝ ਤੇਰੇ ਢਿੱਡ ਦੇ ਵਿੱਚ ਨਾ ਗੁੱਲਰ ਵੱਜੇ ਹੋਏ। ਓ ਬੇਗਮ, ਤੈਨੂੰ ਤਾਂ ਪਤਾ ਮੈਨੂੰ ਸ਼ੂਗਰ ਏ ਤੇ ਬਾਰ ਬਾਰ ਭੁੱਖ ਲੱਗਦੀ ਏ, ਜਾ ਉਠੀ ਰੋਟੀ ਲੈ ਆ। ਰੋਟੀ ਪਈ ਤੇ ਸਾਲਣ ਮੁੱਕ ਗਿਆ, ਜਾ ਨੀ ਕੁੜੀ ਗਿਆ, ਬਿੱਲੋ ਦੇ ਘਰ ਚਲੀ ਜਾ ਤੇ ਉਹਨੂੰ ਨਾ ਜਾ ਕੇ ਕਹਿ ਕੇ ਥੋੜਾ ਜਿਹਾ ਸਾਲਣ ਦੇ। ਖਬਰਦਾਰ, ਬਿੱਲੋ ਦਾ ਨਾਂ ਲਿਆ ਜਾ, ਉਹਦੇ ਘਰੇ ਗਿਆ ਤਾਂ। ਕਿਉਂ? ਓ ਮੈਂ ਸਵੇਰ ਸਵੇਰ ਆ ਰਿਹਾ ਸਾਂ, ਮੇਰੀ ਬੇਇੱਜ਼ਤੀ ਕਰ ਛੱਡੀ ਸੂ, ਆਂਦੀ ਤੂੰ ਮੇਰੇ ਘਰੇ ਵੱਟੇ ਮਾਰਨਾ। ਓ ਹਏ, ਉਹ ਪਾਗਲ ਤਾਂ ਨਹੀਂ ਹੋ ਗਈ ਕਿ ਤੂੰ ਵੱਡ ਵਡੇਰਾ ਹੋ ਕੇ ਉਹਨੂੰ ਕਿਉਂ ਵੱਟੇ ਮਾਰਨੇ ਹੈਗੇ ਨੇ? ਆ ਲੈਂਦੇ ਬਿੱਲੋ ਨੂੰ ਮੇਰੇ ਘਰ, ਫਿਰ ਮੈਂ ਉਹਦੇ ਨਾਲ ਨਿਭੜਾਂਗੀ। ਮੈਨੂੰ ਤੁਸੀਂ ਰੋਵਣ ਆਉਂਦਾ, ਮੇਰੀ ਬੇਇੱਜ਼ਤੀ ਕੀਤੀ। ਹੁਣ ਮਿਰਚ ਬਣਾ ਦਵਾਂ? ਬਣਾ ਲਿਆ। ਜਾ ਉੱਠੀ ਜਾ ਤੇ ਮਿਰਚ ਬਣਾ ਕੇ ਤੇ ਪਿਓ ਨੂੰ ਰੋਟੀ ਦੇ ਲਿਆ। ਅੱਛਾ ਮਾਂ, ਮੈਂ ਤੁਹਾਨੂੰ ਬਣਾ ਲਿਆ। ਬੋਲਣਾ ਨਹੀਂ ਬਈ ਕਿਸੇ ਨੇ। ਜਿੰਨੇ ਭੂਤ ਹਵਾਈ ਚੀਜ਼ ਜੋ ਵੀ ਹੈ, ਇੱਥੇ ਮੇਰੇ ਸਾਹਮਣੇ ਆ। ਬਜ਼ੁਰਗਾ, ਮੈਨੂੰ ਦੱਸ, ਮੈਨੂੰ ਇੱਥੇ ਕਿਵੇਂ ਬੁਲਾਇਆ? ਚਿੱਟਾ ਕੱਪੜਾ ਪਾਈ ਬੰਦੀ, ਮੈਂ ਹਰ ਘਰੇ ਜਾਂਦਾ ਪਰ ਮੈਨੂੰ ਸ਼ੂਸ ਆਇਆ ਖੜਾ। ਖਬਰਦਾਰ, ਜੋ ਵੀ ਹੈ ਤੂੰ ਕੜੇ ਚੋਂ ਬਾਹਰ ਨਹੀਂ ਜਾਣਾ, ਵਰਨਾ ਉਹ ਮਣਕਾ ਤੋੜ ਦੇਵੇਗੀ। ਤੈਨੂੰ ਬੁਲਾਉਣ ਦਾ ਮਕਸਦ ਵੀ ਦੱਸ ਦੇਣਾ, ਪਹਿਲੇ ਤੂੰ ਮੈਨੂੰ ਇਹ ਦੱਸ, ਤੂੰ ਸਿੱਖ ਹੈ, ਹਿੰਦੂ ਹੈ, ਈਸਾਈ ਹੈ, ਕਿਹੜੇ ਮਜ਼ਹਬ ਨਾਲ ਤਲਕ ਰੱਖਣੀ ਹੈ? ਸ਼ੁਕਰ ਅਲਹਮਦੁਲਿਲਾ, ਅਸੀਂ ਮੁਸਲਮਾਨ ਆਏ। ਜੇ ਤੂੰ ਮੁਸਲਮਾਨ ਹੈ ਤੇ ਮੁਸਲਮਾਨ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਤੂੰ ਇਸ ਸ਼ਰੀਫ ਗੱਲ ਨੂੰ ਕਿਉਂ ਪਰੇਸ਼ਾਨ ਕਰ ਰਹੀ ਹੈ? ਇਹ ਸਿਰਫ ਨਾਂ ਦੇ ਮੁਸਲਮਾਨ ਹੈਗੇ ਨੇ, ਜਿਹੜੇ ਘਰ ਦੇ ਵਿੱਚ ਗਲੀਜ਼ ਇਨਸਾਨ ਰਹਿੰਦੇ ਨੇ ਨਾ, ਅਸੀਂ ਉਸ ਘਰ ਦੇ ਵਿੱਚ 400 ਸਾਲ ਤੋਂ ਰਹਿੰਦੇ ਪਏ ਆ, ਅਸੀਂ ਸਫਾਈ ਪਸੰਦ ਕਰਨੇ ਆ, ਇਹ ਗਲੀਜ਼ ਇਨਸਾਨ ਉੱਥੇ ਗੰਦ ਮਾਰੀ ਰੱਖਦੇ ਨੇ। ਕਿਉਂ ਬਈ, ਤੁਸੀਂ ਘਰ ਦੇ ਵਿੱਚ ਸਫਾਈ ਕਿਉਂ ਨਹੀਂ ਰੱਖਦੇ? ਚਾਚਾ ਦੰਮੇ ਨਾਲ ਨਿੱਤ ਬੌਖਰ ਫਿਰਨੀ ਆ। ਇਹ ਸਾਂਝਰੇ ਉਠਿੰਦੀ ਐ, ਪਹਿਲੂ ਬੌਖਰ ਦਿੰਦੀ ਐ, ਮੋੜ ਭਾਂਡੇ ਧੋਂਦੀ, ਉਸ ਤੋਂ ਬਾਅਦ ਰੋਟੀਆਂ ਪਕਾਉਂਦੀ। ਚਾਚਾ ਅੱਬਾ, ਇਹ ਕੂੜ ਮਾਰੀ ਜਾਂਦੇ ਨੇ, ਮੈਂ ਇਹਨਾਂ ਦੇ ਘਰੇ ਆਉਂਦਾ ਜਾਂਦਾ ਰਹਿੰਦਾ, ਇਹ ਵਿਹੜੇ ਵਿੱਚ ਸਫਾਈ ਕਰਦੀ ਹੈ ਤੇ ਨੁੱਕਰ ਦੇ ਵਿੱਚ ਜਮਾ ਕਰ ਦਿੰਦੀ, ਘਰ ਦੇ ਵਿੱਚ ਰੂੜੀ ਇਹਨੇ ਲਾਈ ਹੋਈ ਹੈ, ਭਾਂਡੇ ਦੋ ਦੋ ਦੇ ਧੋਂਦੀ ਨਹੀਂ, ਉਵੇਂ ਖੁਰੇ 'ਚ ਪੈ ਰਹਿੰਦੇ। ਹਾਂਜੀ, ਮੂੰਹ ਨਾਲ ਤਾਂ ਬੜੀ ਚਲਾਕ ਬਣਨੀ, ਉਸ ਸਾਡੇ ਘਰ ਸਾਂ ਇਹਦੇ ਸਾਂ ਐਡਾ ਸਵਾਣੀ ਮਰੋਦ ਮੂੰਹ ਟੱਡੀ ਆਉਂਦੇ ਆ, ਪਤਾ ਹੀ ਨਹੀਂ ਇਹੋ ਜੀ ਜਿਹੜੀ ਅੱਲਾ ਦੀ ਮਖਲੂਕ ਹੁੰਦੀ ਹੈ ਨਾ, ਇਬਾਦਤਾਂ ਕਰਦੀ, ਹਰ ਜਗ੍ਹਾ ਤੇ ਨਜ਼ਰ ਨਹੀਂ ਆਪਾਂ ਨੂੰ ਆਉਂਦੇ, ਲੇਕਿਨ ਹਰ ਜਗ੍ਹਾ ਤੇ ਮੌਜੂਦ ਹੁੰਦੇ। ਅੱਗੇ ਵੀ ਕਹਿੰਦਾ ਚੱਲ ਸਾਡੇ ਨਾਲ ਹੀ ਗੁਜ਼ਾਰਾ ਕੀਤਾ ਇਹਨੇ ਨਾ, 2-4 ਸਾਲ ਹੋਰ ਕਰ ਲੈਣਾ ਸੀ, ਕਿਹੜਾ ਜਿੰਦੇ ਰਹਿਣਾ, ਮਰ ਤਾਂ ਜਾਣਾ। ਤੂੰ ਸੁਥਰੀ ਬਣ ਕੇ ਰਹੋ। ਚੁੱਪ ਕਰ ਕਾਕੀ, ਘਰ ਦੇ ਵਿੱਚ ਸਫਾਈ ਰੱਖਣੀ ਹੈ।
अल्लाह की मखलूक इंतहाई गरीब घर है ते ना समझ लोग है ने इन्हों की जान छड़ दे अगर तू सफाई रखन गे बुजुर्गो तुसी इन्हां दी जगह ते जमानत देंदे जे भई ये घर दे वे सफाई रखसन नहीं जी ए थोड़ा जिहा कम मुश्किल है मैं किसी की जमानत कदे नहीं दी जे तुसी इन्हां दी जगह ते जमानत नहीं ना दे सकदे ते फिर इन्हां नूं आखो हया नाल साडा घर खाली कर देवे हाँ भी काका तुसी आदा मंजी बिस्तरा तू चुको किसी होर पासे चले जाओ क्योंकि सफाई तो तुसी रखनी नहीं ते जमानत मैं दे नहीं सकदा नी बिल्लो चंगी गल तो यह है अपने मरादी बाह फद इथू निकल जा घर खाली चकर यो जी शही आदि जिन्हों के पेश पै जावे उन्हों का कख नहीं छड़ दे सफाई सुथराई तू करनी का नहीं इन्हें सुते पैनी कलिया गुट ये भी तो साढ़े रले रहा पैन एक दे घर की सफाई की रख सन एक दे मेरी रन की रख सी जरा कुतरिया मुछा वाला बैठा है ना सब तू गलीज इंसान है जितनी जबान इंदी गंदी है उतना ही आप गंदा है इसनु आख नाल हया दे मेरे घरों निकल जावे नहीं तो मैं इस बंदे दा मणका त्रोड़ छड़ सां अल्लाह खान मेरा पर्दा खोल के रांदा ही गंदा कीती खलोती है हौली मुंह मार सुनदी अब्बा इस गल्लू तो चिट्टे कपड़े वाली सच्ची है आ त्रै त्रै महीने दांद नहीं साफ करदा इंदे कोलू लग जाईए ई बो आंदी जिवें गटर दा छाबा खुला खलोता बिल्लो बो आईए पुछण वाली केड़ी गल मुंह च ते तरकाणा आंदियां पईआं वरम जी बड़ा मेरी एक गल तो मान ला साड़ी जगह ते जमानत दे चा सी किदे जाके धक्के खसा ते जेड़ा जेब खर्चा वो मैं तेन दित्ती रखसा पक्की गल है पर हे गल है बिल्लो तू गल करके फिर जानू जी अगर पक्की गल है ते मैं जमानत तेरी दे देना ते रुपया 100 लिया कर नहीं मिले मैं आदी जबान तू नहीं फिरनी तू साढ़े तो वक्त टाल 100 दी जगह ते मैं तेन 120 दित्ती रखसा ते सफाई वालों भी मैं गिला नहीं आवन देनी है सब तो पहले बूतने ते दंद साफ करनी है ते पीछे सारा घर साफ करसा हा हा रमजी है साड़ी बूती घट उइयो जे काम तो बड़े शौक गल करेना पर जिम्मेवारी चाल है साड़ी ठीक हो गया आपा दे देने जमानत जनाब अब्बा ऐना कंजरा दी जमानत मैं देना ओनू आख जी तू इंसान बन जा ये बड़े असूल पसंद लोग होंदे ने थोड़ी जी ऊंच नीच हो गई तू एक झटका ही नहीं चलना इन्हों का असूल की खिलाफ वर्जी तो मैं होवन ही नहीं देनी मंजी चाह के रहते बूहे उत्ते डासा तो दे रात इन्हों को सफाई करवा सा ना इन्हों खले मारता वे फलक शेर इन हड्डू ना रोक ए विकर ए चाह जसी ए अपना कोल हुण तणी नहीं सिद्धा होया गया तो इन्हों बलाइया कोले सिद्धा ओए अब्बा अम्मा तो एवं मैनू साहब आए कोई नहीं समझती पई घर का पीर जो हौला होंदा तू दे जमानत मेरी अम्मा इवें बोलदे राणा ਹੁਣ ਤੂੰ ਨਹੀਂ ਚੱਲਦਾ ਨਾ ਨਾ ਮੈਂ ਹੁਣ ਜਿੰਨਾ ਨਾਲ ਮੱਥਾ ਲਾ ਕੇ ਖਲੋਤਾ ਅੱਛਾ ਭਾਈ ਮੇਰਾ ਪੁੱਤਰ ਦਿੰਦਾ ਪਿਆ ਇਹਨਾਂ ਦੀ ਜਗ੍ਹਾ ਤੇ ਜ਼ਮਾਨਤ ਅਗਰ ਇਹ ਸਫਾਈ ਰੱਖਣਗੇ ਤਾਂ ਠੀਕ ਹੈ ਅਗਰ ਸਫਾਈ ਨਾ ਰੱਖਣਗੇ ਤੁਸੀਂ ਜਾਣੋ ਤੇ ਮੇਰਾ ਪੁੱਤਰ ਜਾਣਾ ਠੀਕ ਹੈ ਬਜ਼ੁਰਗਾ ਮੈਂ ਜਾਣਾ ਤੇ ਜ਼ਮਾਨਤੀ ਜਾਣੇ ਤੇ ਰਹੀ ਇਹਨਾਂ ਦੀ ਗੱਲ ਇਹਨਾਂ ਨੂੰ ਮੈਂ ਤੰਗ ਨਹੀਂ ਕਰਦੀ ਝਟਕੇ ਵਗ ਵੀ ਗਈ ਹਵਾਈ ਚੀਜ਼ਾਂ ਇਵੇਂ ਹੀ ਝਟਕੇ ਨਾਲ ਆਉਂਦੀਆਂ ਨੇ ਤੇ ਇੱਕੇ ਝਟਕੇ ਨਾਲ ਵਗ ਜਾਂਦੀਆਂ ਅੱਛਾ ਕਿਦੇ ਜਾਂਦਾ ਪਿਆ ਸ਼ੂਸ ਕਰਨ ਵਾਸਤੇ ਜਾਂਦਾ ਪਿਆ ਘਰੂ ਲੋਟਾ ਚਾ ਤੇ ਮੁੜ ਜਾਵੀਂ ਮੈਂ ਉਥੋਂ ਖਾਲੇ ਤੂੰ ਹੱਥ ਧੋ ਲਈ ਸਾਂ ਖਾਲਾ ਬੰਦੇ ਘਰੂ ਪਾਣੀ ਨਾਲ ਲੈ ਕੇ ਜਾ ਹਾਂ ਇਹਨੂੰ ਇਹ ਵੀ ਪਤਾ ਹੈ ਅੱਛਾ ਜਾਨਣਾ ਬੁਲਾਵਣ ਦੀ ਤੇ ਮੈਂ ਉਹਨਾਂ ਦੇ ਘਰ ਨਹੀਂ ਜਾਣਾ ਕੱਲ ਉਹਦੀ ਮਾਂ ਨੇ ਮੇਰੀ ਮਾਂ ਭੈਣ ਇੱਕ ਘਰ ਛੱਡੀ ਉਹਨੇ ਆਖਿਆ ਸਾਡੇ ਘਰ ਨਾ ਆਈ ਕਰ ਇਹ ਤੁਸ ਬੜਾ ਚੰਗਾ ਕੀਤਾ ਜਿਹੜਾ ਤੈਨੂੰ ਗਾਲੀ ਕੱਢੇ ਜੇ ਕਾਸ਼ ਮੈਂ ਇਹਦੇ ਪਰ ਨਹੀਂ ਹੋਈ ਹੁੰਦੀ ਤਾਂ ਮੈਂ ਤੈਨੂੰ ਡੰਡਕਾ ਨਾਲ ਬਾਹਰ ਕੱਢਣਾ ਇਸ ਵਾਸਤੇ ਤੂੰ ਕਦਰ ਵਿੱਚ ਹੈ ਮਿਲਦਾ ਮੋੜੋ ਤੈਨੂੰ ਵੀ ਨਹੀਂ ਆਈ ਤੇ ਰਹੀ ਗੱਲ ਮੇਰੀ ਮੇਰਾ ਉਸਤਾਦ ਹੈ ਤੇ ਉਸਤਾਦ ਮਾਂ ਪਿਓ ਹੁੰਦਾ ਤੇ ਕਦੇ ਤਾਂ ਮੇਰੇ ਮੱਥੇ ਲੱਗ ਜਾਸੀ ਉਹ ਤੇਰੇ ਮੱਥੇ ਲੱਗੇ ਨਾ ਲੱਗੇ ਮੇਰਾ ਉਸਤਾਦ ਹੈ ਮੇਰੇ ਮੱਥੇ ਉਹ ਜ਼ਰੂਰ ਲੱਗਸੀ ਹੋਰ ਥੋੜੀ ਦੇਰ ਨੂੰ ਬੋਝ ਹੋ ਕੇ ਮੇਰੇ ਕੋਲ ਆ ਜਾਂਦਾ ਤੇ ਮਿਹਰਬਾਨੀ ਚ ਕਰੇ ਅਗਰ ਲੈ ਤੇ ਆ ਜਾਵਾਂ ਤੇ ਕਿਹੜਾ ਹਰਜੇ ਅੱਛਾ ਹੁਣ ਵੇਖ ਲੈ ਕੇ ਆ ਜਾਵੇ ਤੇ ਕਿਹੜਾ ਹਰਜ ਅੱਗੇ ਤਾਂ ਜ਼ਬਾਨ ਨਾ ਵੀ ਮਾਰਨੀ
हाय नी तू तो कपड़े धोवन गई है एडी छेती धो के आ भी गई है कपड़े के धोवा को टुवल तो बंद होया पया हला चलो इंज कर मैं जल्दी जल्दी ना दो तरह रोटियां बना दे भूख बड़ी लगी खाली है भूतना रोटी नु हेकर रमन दे आ वट्टे जड़े खिलरे पेन बखर फेर ते ए कुंज लेन दे ओए आ वट्टे बाद ची कुंजी जासेन पहले तू मैनु रोटी पका दे तेनु आखी भौकी नहीं जांदा तेनु सर नहीं होंदा पिया चलो मैं पर आटा गोन लवा हां हां तू आटा गोन ला ते मैं इन्ने तक लक्कड़ चीर लवा जेड़ी पई है चीर ले चीर उस्ताद जी मैं इदे हां ਕਾਲ ਦਾ ਕਿਤੇ ਗਾਇਬ ਹੋਇਆ ਉਸਤਾਦ ਜੀ ਮੈਂ ਕਿਤੇ ਵੀ ਗਾਇਬ ਨਹੀਂ ਹੋਇਆ ਮੈਂ ਰਾਤੀ ਆਇਆ ਤੇਰੇ ਇਲੇ ਤੇ ਤੇਰੀ ਮਾਂ ਨੇ ਅੱਗੋਂ ਮੈਨੂੰ 1700 ਕਲਾਮ ਕੀਤੀ ਤੇ ਮੈਂ ਉਹਨਾਂ ਕਦਮਾਂ ਤੇ ਵਾਪਸ ਵਗ ਗਿਆ ਤੇਰਾ ਹੱਕ ਬਣਦਾ ਹਾ ਕਿ ਮੇਰੀ ਮਾਂ ਨੇ 70 ਕਲਾਮ ਕੀਤੀ ਵੀ ਆਏ ਤੂੰ ਇੱਥੇ ਬਵੇਂ ਆ ਮੇਰਾ ਇੰਤਜ਼ਾਰ ਕਰੇ ਆ ਜਦੋਂ ਮੈਂ ਆ ਜਾਵਾਂ ਹਾ ਤਾਂ ਮੋਰ ਆਪਾ ਕਿਤੇ ਜ਼ਰੂਰੀ ਕੰਮ ਜਾਣਾ ਹਾ ਲੇਕਿਨ ਹੁਣ ਤੈਨੂੰ ਸਜ਼ਾ ਮਿਲੇਗੀ ਰਮਸੀਆ ਓਰਾ ਸੱਲਾ ਲੋਕ ਬੰਦੇ ਨੂੰ ਕਿਉਂ ਮਾਰੀ ਜਾਣਾ ਉਹ ਮੇਰਾ ਸ਼ਗਿਰਦ ਹੈ ਤਾਂ ਮਾਰਦਾ ਪਿਆ ਉਹਦੇ ਕੋਲ ਜਾ ਤੇ ਪੰਜ ਚੰਡਾ ਗਿਣ ਕੇ ਖਾ ਕੇ ਆ ਉਹ ਮੇਰਾ ਸ਼ਗਿਰਦ ਹੈ ਮੈਂ ਉਹਦੇ ਕੋਲ ਕਿਵੇਂ ਖਾਵਾਂ ਜੋ ਮੈਂ ਤੈਨੂੰ ਆਖਦੀ ਪਈਆਂ ਨਾ ਸਿਰਫ ਉਤਨਾ ਕਰ ਨਹੀਂ ਤੇ ਮੈਂ ਤੇਰਾ ਮਣਕਾ ਤਰੋੜ ਛੱਡਣਾ ਮਣਕਾ ਚਲੋ ਮੈਂ ਕੋਸ਼ਿਸ਼ ਕਰਨਾ ਪੂਰੀਆਂ ਪੰਜ ਮੁਸਕਾਨੀ ਮੈਨੂੰ ਪੰਜ ਚੰਡਾ ਮਾਰ ਤੇਰੇ ਰੰਗੇ ਉਸਤਾਦ ਨਾਲ ਨਾ ਮੈਂ ਜ਼ਹਿਰ ਖਾ ਕੇ ਮਾਰ ਜਾਵਾਂ ਨਾ ਤੇ ਉਹ ਹੀ ਚੰਗਾ ਹੈ ਜ਼ਹਿਰ ਖਾ ਕੇ ਨਾ ਮਾਰ ਮੈਨੂੰ ਪੰਜ ਚੰਡਾ ਮਾਰ ਹਾਂ ਮੈਂ ਤੈਨੂੰ ਚੰਡ ਮਾਰਾਂ ਤੇ ਤੂੰ ਮੈਨੂੰ ਸੋਟਿਆਂ ਨਾਲ ਖਿਲਾ ਜਾਵੇਂ ਨਹੀਂ ਮੁਸਕਾਨੀ ਮੈਂ ਤੈਨੂੰ ਹੱਥ ਹੀ ਨਹੀਂ ਲਾਉਂਦਾ ਮੈਂ ਤੇਰੇ ਕੋਲ ਹੱਥ ਜੋੜਦਾ ਪਿਆ ਮੈਨੂੰ ਪੰਜ ਚੰਡਾ ਮਾਰ ਮੈਂ ਨਹੀਂ ਚੰਡਾ ਮਾਰਦੀ ਉਹ ਤਾਂ ਜੀ ਨਸ ਗਿਆ ਹੈ ਨਸ ਗਿਆ ਤਾਂ ਮੈਂ ਕੀ ਕਰਾਂ ਉਹਦੇ ਮਗਰੇ ਜਾ ਜਿੱਥੋਂ ਮਰਜ਼ੀ ਲੱਭ ਕੇ ਉਹਦੇ ਕੋਲੋਂ ਪੰਜ ਪੇੜਾ ਖਾ ਕੇ ਵਾਪਸ ਆ ਅੱਛਾ ਮੈਂ ਹੁਣੇ ਜਾਣਾ ਮੁਸਕਾਨੀ ਇੱਕ ਮਿੰਟ ਖੜੋ ਹਾਂ ਮੈਂ ਤੇਰੇ ਕੋਲ ਹੱਥ ਜੋੜੀ ਖੋਤਾ ਮੈਨੂੰ ਪੰਜ ਚੰਡਾ ਮਾਰ ਮੈਂ ਤੈਨੂੰ ਚੰਡਾ ਨਹੀਂ ਮਾਰ ਸਕਦੀ ਜਿਹੜੇ ਉਸਤਾਦ ਹੁੰਦੇ ਨਾ ਮਾਂ ਪਿਓ ਹੁੰਦੇ ਨੇ ਅੱਜ ਮੈਨੂੰ ਮਾਂ ਪਿਓ ਨਾ ਸਮਝ ਆਦਾ ਦੁਸ਼ਮਣ ਸਮਝ ਕੇ ਮਾਰ ਮੈਂ ਤੇਰੇ ਉੱਤੇ ਹੱਥ ਨਹੀਂ ਚੁੱਕਣਾ ਵੇਖ ਲਾ ਮੁਸਕਾਨੀ ਮੈਂ ਤੇਰੇ ਪੈਰਾਂ ਉੱਤੇ ਡਿੱਗਿਆ ਖੋਤਾ ਮੈਨੂੰ ਮਾਰ ਅੱਛਾ ਚੱਲ ਤਾਂ ਬੜਾ ਸਜਣਾ ਤੂੰ ਗਾਣੇ ਮਸਰੂਫੀਅਤ ਕਈ ਹੁੰਦੀ ਹੈ ਹੁੰਦੀ ਹੈ ਜੇ ਕਿਸੇ ਦੀ ਜ਼ਮਾਨਤ ਦਿੱਤੀ ਹੋਈ ਹੋਵੇ ਤਾਂ ਮੇਰੀ ਤਾਂ ਤੁੱਪੀ ਦਾਣ ਜ਼ਮਾਨਤ ਦਿੱਤੀ ਕਾਹਨ ਤੇ ਮੋੜ ਤੈਨੂੰ ਕਿਵੇਂ ਮਸਰੂਫੀਅਤ ਹੋ ਗਈ ਹੈ ਇੱਥੇ ਖੱਚਰ ਦਾ ਬੱਚਾ ਹੈ ਕਹੇ ਹੁੰਦੀ ਮੈਂ ਜ਼ਮਾਨਤ ਦਿੱਤੀ ਹੈ ਤਾਂ ਪਈ ਹੈ ਪੁੱਠੀ ਖਲੋਤੀ ਹੈ ਜਾ ਵੱਜ ਜਾ ਮੇਰੇ ਨਾਲ ਹੁਣ ਤੱਲਕ ਨਾ ਰੱਖੀ ਮੇਰੀ ਉਮੈਂ ਦੀ ਨਾ ਰੱਖੀ ਚੁੱਪ ਮਾਰ ਗਈ ਮੈਨੂੰ ਤੇਰੇ ਵੇ ਮਨ ਜਾ ਦਿਲ ਜਾਨੀ ਵੇ ਮਨ ਜਾ ਦਿਲ ਜਾਨੀ ਗਾਣਾ ਤੇਰਾ ਅੱਛਾ ਹੈ ਪਰ ਤੂੰ ਵਗ ਜਾ ਮੈਂ ਮਜਬੂਰ ਹਾਂ ਕਈ ਮਜਬੂਰੀ ਹੈ ਤੈਨੂੰ ਮੈਂ ਮੂੰਹ ਦੁੱਤੇ ਚਾਂਡ ਮਾਰ ਸਾ ਮੋੜ ਕਾਲ ਵਾਲਾ ਰੋਲ ਆਪਣਾ ਨਵੀਂ ਸ਼ੁਰੂ ਹੋ ਜਾਸੀ ਮੈਨੂੰ ਚਾਂਡ ਨਾ ਮਾਰੀ ਪੰਜ ਚੰਡਾ ਤਾਂ ਮੈਂ ਹੁਣ ਸਜੀਆਂ ਸਜੀਆਂ ਖਾ ਕੇ ਆਇਆ ਖੁੱਤਾਂ ਪਤਾ ਨਹੀਂ ਅਗਾਂ ਕਿਤਨੀਆਂ ਖਾਵਣੀਆਂ ਪੁੱਤ ਕਹਾਂ ਤੈਨੂੰ ਚੰਡਾ ਮਾਰੀਆਂ ਓਏ ਕਹਾਂ ਚੰਡਾ ਮਾਰਨੀਆਂ ਤੂੰ ਜਾ ਤੇਰੀ ਮਾਂ ਤੈਨੂੰ ਲੱਭਦੀ ਬੰਦੀ ਮੈਂ ਜਾਣੀ ਆ ਮੈਂ ਮਾਂ ਕੋ ਗੇੜਾ ਦੇ ਤੇ ਮੋੜ ਮਾਂ ਸਮਣ ਮੈਂ ਗੱਲ ਦੱਸਣੀ ਹੈ ਹਾਂ ਹਾਂ ਦੱਸ ਦੱਸ ਜਲਦੀ ਜਾ ਤੇ ਵਾਪਸ ਨਾ ਆ ਹੈ ਮੇਰਮ ਜੀ ਕਿੱਧਰ ਜਾਂਦਾ ਪਿਆ ਔਰ ਪਿਛਾ ਹਟਿਆ ਮੇਰੇ ਘਰ ਵਗ ਜਾ ਸਾਰਾ ਗੰਦ ਖਿਲ ਰਿਹਾ ਪਿਆ ਜਾ ਕੇ ਸਫਾਈ ਕਰਾ ਜੀ ਜਿੰਨੀ ਸਾਹਿਬ ਇਹ ਕਿਸੇ ਤਰੀਕੇ ਜ਼ਮਾਨਤ ਵਾਲਾ ਰੋਲਾ ਮੇਰੇ ਗਲੂ ਲੈ ਨਹੀਂ ਸਕਦਾ
ਨਹੀਂ ਇਹ ਨਹੀਂ ਲੈ ਸਕਦਾ ਤੂੰ ਜ਼ਬਾਨ ਦੇ ਛੱਡੀ ਏ ਤੇ ਤੇਰੀ ਜ਼ਿੰਮੇਵਾਰੀ ਏ ਜਾ ਕੇ ਉਹਨਾਂ ਕੋਲ ਸਫਾਈ ਕਰਵਾਣੀ ਅੱਛਾ ਜੀ ਪਰ ਤੁਸੀਂ ਮੇਰੇ ਨਾਲ ਆ ਜਾਓ ਉਹ ਕੁੱਤੇ ਜੇ ਬੰਦੇ ਹਨ ਅਗਰ ਮੇਰੇ ਗਾਲ ਪੈ ਗਏ ਤੁਸੀਂ ਕੋਲ ਹੋਸੋ ਉਹਨਾਂ ਦਾ ਮਣਕਾ ਛਣਕਾ ਤਰੋੜ ਦੇ ਵੈ ਰੋਲਾ ਮੁਕਾ ਛੜਿਆ ਤੂੰ ਉੱਥੇ ਪਹੁੰਚ ਤੇਰੇ ਪਹੁੰਚਣ ਤੋਂ ਪਹਿਲੇ ਮੈਂ ਉੱਥੇ ਪਹੁੰਚੀ ਹੋਈ ਹੋਸਾਂ ਅੱਛਾ ਗਈ ਚੱਲ ਤੂੰ ਵੀ ਨਿਕਲ अंदर आ जा ते आके अंदर ते हालात वेख भई ओ घर दा की हशर कीती बैठे ने ओ चाहो ए खोते दे पोतरा ओ तो सफाई नहीं करनी आई सफाई कीती कोई नहीं इने ते टुक्कर नु जोड़ गए ने हेलो से टुक्कर पानी दा कर लियो उस तो बाद सफाई नाल ही निबड़ लेना सफाई किदे बची जांदी कसूर कोई नी तुसी इने मुड़ी होई कौम अपना बहन मेरी ये आ वेख ला सफाई नहीं कर दे पे और आ इना दी गिचियां मरोड़ बोला किन ने गल्ला कीती जा मैं वे बड़ा उ वजननी आई खलोती होसी ते सानू कुजननी दी बन ने हां गिची मैं उना दी कोई नहीं मरोड़ नी तेरी गिची मरोड़ सा जमानती तू है तू झाड़ू चाला ते सफाई नु जोड़ जा बड़ी गंदी कौम जिन्ना नाल मथा लाई खले झाड़ू किदे ने की करू मैं सफाई करू मैं परसों मैं खुरा धोता तो थाई पेज चाल शाबाश शाबाश तसल्ली ना करें अपना उठी के साबन तो चा लो मैं सफाई करूंगा बड़े पर अच्छा तो खराब के बच घट्टा पंदे खलोता रब्बू है तो रगड़ के फेरी है सारा कुछ झोंझ हो जाए लोग खंदे बंदा तो खारी जा रहे बेलिया मैं बोलता नहीं पा गुंगा हो गया मैं बहुत कर तेरे मुंह दे उत्ते मार दी है क्यों बोली ना मैं बोलना क्या उन्हें सुधर कारण है अल्लाह माफ कर यार प्याली तोड़ा चाह दे यार मैं जमीन पानी पीन दो ना नहीं साठ ना धर जमानत दिती तामील कर अच्छा जी जाना झाड़ू मुड़ी ना तो ले जाना उन्हें तो लभे की खबर ना लभे भुखर बेली अपनी दबी ले जाता है इस टाइम बेली की अकल उकल हली वधी है वो जिदे जाता है उन्हें जावन दे उतू हट के आवे तो उन्हें आके साडे कपड़े धो के लाया तो मुड़ वाशरूम में जरी तेजाब दी साट के धो छड़ सी ओ मैं तसल्ली ना दुआ ले सा रोटी तो बस बस राज गई मामी मेरी मां अजी जिंदी है तू सिर्फ साडे नाल सुलह करन दी कोशिश करदा पिया तो वासा काय नहीं करनी तू चित्त रहो मामा मैं सफाई करन वास्ते आया तुहाडे वेड़े दी तुसी मैनूं सफाई नहीं करन देंदे पए जे जदों तेरे मां प्यो नाल साडा बोल चाल ही कोनी ते साडे घरे तेरे आवण दा काम ही कोनी ओए मामा आ मैं तुहाडे को हाथ जोड़ी खड़ोता मैनूं गलत ना समझो मैं सिर्फ सफाई करन वास्ते तुहाडे वेड़े दी आया तुहाडी बड़ी मेहरबानी मैनूं सफाई करन दो चा मेरे हाथ नहीं टुटे होए अगे भी मैं ही सफाई करनी है ते हुण भी मैं सफाई कर लवांगी ए तू अज सफाई करके मेरे सिर ते एहसान ना कर ओए मामी ओ मैं सिर्फ इक्का गल कीती कोई तुहाडे कोल शाय नहीं मांग लई
मैनू सफाई कर गंद मैं बार रूड़ी छड़ दे गंद आपे छड़ दे तू इथू निकल दफा जो मैं तेन पे मैं उलथ मार दंद काट दी सौकी बिरा आज तेरे मैं पैर डिगदा पिया मैनू एक बार आ वेड़े की सफाई कर लव दे अम्मा ओ जाने ओ मेरे पैरां ते डिग्गा खड़ा है इनू आप दे दिल दी हां मार लैंदे दोपे च इनू सफाई करां दे चल ठीक है कर जट्टी मैं लगदा है दिमाग शिमाग हल्ला खोता है ता अपने घर सफाई करण आया खोता है कर लवण जो सफाई इनू आदा रंजा राजी कर लैण दे बड़ी मेहरबानी मामा जी तुसी मैनू सफाई करण दा मौका दित्ता ते आ सारे भांडे इकट्ठे करके उत्थे खुरे च रखो मैं ये भी साफ करके जा ठीक है मैं तेनू भांडे दे देनी हां चुल्हे दे भी कट्ठे करके ते अंदरों भी कढ के लिया के ते खाड़े ते रख देनी हां तू सोहणे तरीके नाल मांज के भांडे ते मैनू दस दे मैं अंदर चुक के ला देवांगी चल बे काका कर तू अपना काम शुरू जावन लगा ना दरबार ते मलंगा दे ना राल ते पींदा बंग मैं लगदा दो कणा हल्ला वदा सुंदरी गल ते वाकिया तेरी सही है जेड़ा रमजी है ना हिलिया वंद है अगली गल ओंदी हुण नहीं रह गई जमानत मैं दिती जमानत फसिया वा ना मामे कुकी और सफाई की पहले भूतने सफाई की बांडे भी धोते इन्हों की भी सफाई की सारे बांडे धोते साफ हो गई चल नहीं फूका मारदा फिर मेरे मुंडे दी जान छड़ दियो ठीक है बुजुर्गा तेरे पोतर दी जान असी छड़ दित्ती है चल फिर कोई निशानी दे अगर तू जान ना छड़ी तो मैं तेनू कैद करके बोतल ही पा देंगा बोतल च कैद करने की जरूरत नहीं बुजुर्गा तेन हुणे निशानी मिल जाती है अब्बा ओ चली गई है पर निशानी तो दे के कोई नहीं गई परेशान ना हो निशानी मिल जासी निशानी मिल गई है ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।